ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2-3 ਦਿਨ ਤੋਂ ਗੁਰਦੁਆਰਾ 바ਦਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਸਰਦਾਰ ਸੁਜੀਤ ਸਿੰਘ ਬਾਰੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਕਮੈਂਟ ਆ ਰਹੇ ਨੇ ਇਥੋਂ ਤੱਕ ਕਮੈਂਟ ਆ ਰਹੇ ਕਿ ਇਹਨੂੰ ਬੇਨਿਜਮੀਆਂ ਕਰਨ ਅਤੇ ਹਿਰਾਫਰੀ ਕਰਨ ਦੇ ਦੋਚ ਸਰਵਸਤੋਂ ਡਿਸਮਿਸ ਕੀਤਾ ਗਿਆ ਸੀ ਜਦਕਿ ਅਜੇਆ ਨਹੀਂ ਸੀ ਫਲਾਈਂਗ ਭਾਗ ਦੀ ਰਿਪੋਰਟ ਦੇ ਆਧਾਰ ਤੇ ਇਸ ਨੂੰ ਗੁਰਦੁਆਰਾ ਸਾਹਿਬ ਦੇ ਫੰਡਾਂ ਵਿੱਚ ਬੇਨਿਜਮੀਆਂ ਕਰਨ ਹਿਰਾਫਰੀ ਕਰਨ ਦੇ ਦੋਚ ਸਰਵਸਤੋਂ ਮੁਤਲ ਕੀਤਾ ਗਿਆ ਸੀ ਮੈਂ ਤੋ ਕਿ ਸੋਸ਼ਲ ਮੀਡੀਆ ਤੇ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਕਿ ਇਹਨੂੰ ਡਿਸਮਿਸ ਕੀਤਾ ਗਿਆ ਤੇ ਮੌਜੂਦਾ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧੰਵੇਰ ਨੂੰ ਬਹਾਲ ਕੀਤਾ ਗਿਆ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ ਕੋਰ ਕਾ ਕਮੇਟੀ ਵੱਲੋਂ ਇਸ ਦੀ ਕੇਸ ਦੀ ਪੂਰੀ ਤਰ੍ਹਾਂ ਕੋਰ ਕਰਨੋਂ ਉਪਰੰਤ ਇਹਨਾਂ ਪਾਸੋਂ heirafeedi ਕੀਤੇ ਪੈਸੇ ਜੋ ਵੀ ਬੇਨਿਬੀਆਂ ਨਾਲ ਖਰਚ ਕੀਤੇ ਸਨ ਉਹ ਵਸੂਲ ਕੇ 50-50000 ਰੁਪਇਆ ਜੁਰਮਾਨਾ ਕੀਤਾ ਗਿਆ ਸੀ ਅੰਤਰੰਕ ਕਮੇਟੀ ਦੇ ਮਤਾ ਨੰਬਰ 1080 6 11 2021 ਸਮੇਂ ਇਹਨਾਂ ਨੂੰ ਭਾਲ ਕੀਤਾ ਸੀ ਉਸ ਸਮੇਂ ਸਬਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਇਹਨਾਂ ਨੂੰ 50-50000 ਰੁਪਇਆ ਜੁਰਮਾਨਾ ਕਰਕੇ ਭਾਲ ਕੀਤਾ ਗਿਆ ਉਸ ਸਮੇਂ ਇਸਦਾਰ ਹਰਜਿੰਦਰ ਸਿੰਘ ਜੀ ਧਾਮੀ ਬਤੌਰ ਪ੍ਰਧਾਨ ਨਹੀਂ ਸਨ ਇਹ ਉਸ ਤੋਂ ਬਾਅਦ ਪ੍ਰਧਾਨ ਬਣੇ ਨੇ ਜਦੋਂ ਕਿ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਅਜਿਹਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਜਦੋਂ ਸਰਜੀਤ ਸਿੰਘ ਨੂੰ ਬਾਲ ਕੀਤਾ ਸੀ ਉਸ ਸਮੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਨ ਪਹਿਲੀ ਗੱਲ ਤੇ ਨਾ ਹੀ ਉਹਨੂੰ ਡਿਸਮਿਸ ਕੀਤਾ ਸੀ ਉਹਨੂੰ ਮੁੱਤਲ ਕੀਤਾ ਗਿਆ ਸੀ ਮੁੱਤਲ ਦੇ ਮੋਤਲੀ ਪ੍ਰੰਤ ਸਬ ਕਮੇਟੀ ਨੇ ਪੂਰੀ ਤਰ੍ਹਾਂ ਕੋ ਕਰਕੇ ਜੋ ਉਹਨੇ ਬੇਨਿਜਮੀਆਂ ਕੀਤੀਆਂ ਸਨ ਉਹਦੀ ਰਕਮ ਵਸੂਲ ਕੇ ਇਹਨੂੰ ਬਾਲ ਕਰਨ ਸੰਬੰਧੀ ਸ਼ਿਫਾਰਸ਼ ਕੀਤੀ ਜੋ ਅੰਤਰਗ ਕਮੇਟੀ ਦੇ ਮਤਾ ਨੰਬਰ 180 611 ਰਾਹੀਂ ਬਾਲ ਕੀਤਾ ਗਿਆ ਇਹ ਜਿਹੜੇ ਝੂਠੀਆਂ ਜੜੀਆਂ ਸੋਸ਼ਲ ਮੀਡੀਆ ਤੇ ਅਫਵਾਹ ਫਲਾਈਆਂ ਜਾ ਰਹੀਆਂ ਨੇ ਇਹ ਬਹੁਤ ਮਾੜੀਆਂ ਨੇ ਮੈਂ ਸਮੂਚੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਜੇ ਅਜਹੀਆਂ ਜੜੀਆਂ ਝੂਠੀਆਂ ਵਫਾ ਬਲਾਈਆਂ ਜਾ ਰਹੀਆਂ ਨੇ ਕਿ ਉਸ ਸਮੇਂ ਪ੍ਰਧਾਨ ਧਾਮੀਨੇ ਬਲ ਕੀਤਾ ਅਜਹਿਆ ਨਹੀਂ ਹੈ ਕਿਉਂਕਿ ਪ੍ਰਧਾਨ ਸਾਹਿਬ ਜਿਹੜੇ ਇਹ ਨਵੰਬਰ ਦੇ ਲਾਸਟ ਦੇ ਪ੍ਰਧਾਨ ਬਣੇ ਨੇ ਤੇ ਜਦੋਂ ਕਿ ਉਸ ਸਮੇਂ ਇਹ ਪ੍ਰਧਾਨ ਨਹੀਂ ਸਨ ਇਹ ਅੰਤਰਨ ਕਮੇਟੀ ਦੀ ਲਾਸਟ ਮੀਟਿੰਗ ਜਿਹੜੀ 2021 ਚ ਹੋਈ ਆ 6000 ਨੂੰ ਇਹਨੂੰ ਉਸ ਵਿੱਚ ਬਲ ਕੀਤਾ ਗਿਆ ਜੋ ਕਿ ਦਮੀ ਸਾਹਿਬ ਜਿਹੜੇ ਉਹ ਨਵੰਬਰ ਦੇ ਲਾਸਟ ਦੇ ਪ੍ਰਧਾਨ ਬਣੇ ਨੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਹ ਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜੋ ਇਹ ਜੀਆਂ ਅਫਵਾਹ ਫਲਾ ਰਹੇ ਕਿ ਉਹ ਵੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਹਿਲਾਂ ਸੱਚ ਨੂੰ ਜਾਣ ਲੈਣ ਫਿਰ ਹੀ ਕੋਈ ਵੀ ਸੋਸ਼ਲ ਮੀਡੀਆ ਤੇ ਜੋ ਕਮੈਂਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ